ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਹੁਣ ਅਸੀਂ ਡਿਸਕਸ ਕਰਾਂਗੇ ਪੋਲ ਸਟਾਰ ਸੈਂਪਲ ਪੇਪਰ ਬੇਟਾ ਇਹਦੇ ਵਿੱਚ ਨੰਬਰਿੰਗ ਥੋੜੀ ਗਲਤ ਲਿਖੀ ਹੈ ਮਤਲਬ ਪੋਸਟਾਰ ਜਿਹੜਾ ਸੈਂਪਲ ਪੇਪਰ ਹੈ 2 ਤੇ 3 ਇਹਦੇ ਵਿੱਚ ਕੀਤਾ ਅੱਗੇ ਪਿੱਛੇ ਆ ਗਿਆ ਡੋਨਟ ਵਰੀ ਇਹਦੇ ਵਿੱਚ ਵੀ ਦੋ ਜਿਹੜੇ ਪੇਪਰ ਡਿਸਕਸ ਕਰਾਂਗੇ ਤੇ ਸਭ ਤੋਂ ਪਹਿਲਾਂ ਹੈਗਾ ਕਿ ਅਨਸਰ ਦਾ ਫੋਲੋਇੰਗ ਕੁਐਸਚਨ ਇਨ ਦਾ ਵਨ ਸੈਂਟੈਂਸ ਇਨ ਵਨ ਵਰਡ ਈਚ ਕੁਐਸਚਨ ਹੈਜ਼ ਹੈਜ਼ 1 ਮਾਰਕ ਮਤਲਬ ਕਿ ਇਹਦਾ ਸਾਨੂੰ ਤੁਹਾਨੂੰ ਜਿਹੜਾ ਇੱਕ ਵਸ਼ਨ ਹੈ ਇਹਦਾ ਇੱਕ ਨੰਬਰ ਮਿਲੇਗਾ ਤੇ ਬੇਟਾ ਜਰੂਰੀ ਗੱਲ ਇਹ ਕਰਨੀ ਹੈ ਕਿ ਜਦੋਂ ਵੀ ਮੈਨੂੰ ਤੁਹਾਡਾ ਸ਼ਾਂਤੀ ਗੈਸ ਪੇਪਰ ਜਿਹੜਾ ਆਨਲਾਈਨ ਸੋਰਸ ਤੋਂ ਅਵੇਲੇਬਲ ਹੋ ਗਿਆ ਉਸੇ ਵੇਲੇ ਮੈਂ ਆ ਛੱਡ ਕੇ ਤੇ ਆਨਲਾਈਨ ਜਿਹੜਾ ਸਾਨੂੰ ਪੇਪਰ ਮਿਲੇਗਾ ਸ਼ਾਂਤੀ ਪੇਪਰ ਉਹ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਅੱਜ ਤੱਕ ਅੱਜ ਮਤਲਬ ਪੂਰਾ ਦਿਨ ਜਿਹੜਾ ਸਾਡਾ ਕੰਪਲੀਟ ਹੋ ਜਾਏਗਾ ਤੁਹਾਡੇ ਕੋਲ ਸ਼ਾਂਤੀ ਗੈਸ ਪੇਪਰ ਵੀ ਆ ਜਾਏਗਾ ਤੇ ਪੋਲ ਸਟਾਰ ਦੇ ਵੀ ਤੁਹਾਡੇ ਕੋਲ ਚਾਰ ਜਿਹੜੇ ਅਸੀਂ ਮਾਡਲ ਟੈਸਟ ਪੇਪਰ ਕਵਰ ਕਰ ਲੈਨੇ ਠੀਕ ਹੈ ਇਦੇ ਵਿੱਚ ਹੈਗਾ ਪਹਿਲਾ ਕੁਐਸਚਨ ਕਹਿੰਦੇ ਵਿਚ ਸਟੇਜ ਹੈਜ਼ ਲਾਰਜੇਸਟ ਪੋਪੂਲੇਸ਼ਨ ਕਹਿੰਦੇ ਕਿ ਕਿਹੜੇ ਰਾਜ ਦਾ ਰਾਜ ਜਿਹੜਾ ਸਭ ਤੋਂ ਵੱਧ ਪੋਪੂਲੇਸ਼ਨ ਵਾਲਾ ਆਬਾਦੀ ਵਾਲਾ ਹੈ ਵਿਚ ਇਜ਼ ਅ ਮੋਸਟ ਇੰਪੋਰਟੈਂਟ ਐਂਡ ਵੈਲਿਊਏਬਲ ਸੋਰਸ ਆਫ ਕੰਟਰੀ ਤੇ ਕਹਿੰਦੇ ਕਿਸੇ ਦੇਸ਼ ਦਾ ਸਭ ਤੋਂ ਮਹੱਤਵਪੂਰਤ ਤੇ ਕੀਮਤੀ ਸਰੋਤ ਸੋਰਸ ਕੀ ਹੁੰਦਾ ਹੈ ਅੱਗੇ ਹੈਗਾ ਵਾਟ ਇਜ਼ ਅ ਮੇਨ ਫੀਚਰ ਆਫ ਇੰਡਸਟਰੀਲਾਈਜੇਸ਼ਨ ਤੇ ਕਹਿੰਦੇ ਉਦਯੋਗੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ ਅੱਗੇ ਹੈਗਾ ਵੈਨ ਵਾਸ ਬੰਦਾ ਸਿੰਘ ਬਹਾਦਰ ਐਕਿਊਟਿਡ ਮਤਲਬ ਕਿ ਬੰਦਾ ਸਿੰਘ ਬਹਾਦਰ ਨੂੰ ਫਾਂਸੀ ਕਦੋਂ ਦਿੱਤੀ ਗਈ ਅੱਗੇ ਗਿਆ ਤਾਂ ਫੋਲਿੰਗ ਸਟੇਜ ਹੈਵ ਟੂ ਹਾਊਸਿਸ ਲੈਜਿਸਲੇਟਿਵ ਅਸੈਂਬਲੀ ਕਹਿੰਦਾ ਕਿ ਇਹਨਾਂ ਦੇ ਵਿੱਚ ਕਿਹੜੇ ਦੇਸ਼ ਹੈ ਜਿਹਦੇ ਵਿੱਚ ਦੋ ਸਦਨ ਪਨਡਾਲੀ ਹੈਗੀ ਹੈ ਜਿਸਾ ਕਿ ਬਿਹਾਰ ਹੈ ਉੱਤਰ ਪ੍ਰਦੇਸ਼ ਮਹਾਰਾਸ਼ਟਰ ਜਾਂ ਆਲ ਆਫ ਅਬਵ ਮਤ ਸਾਰਿਆਂ ਦੇ ਵਿੱਚ ਹੈਗੀ ਹੈ ਦੋ ਸਦਨ ਹੀ ਪੜਨਾਲੀ ਅਸੈਂਬਲੀ ਤੇ ਅੱਗੇ ਤੁਹਾਡਾ ਬੀ ਕਹਿੰਦਾ ਅਨਸਰ ਦਾ ਫੋਲੋਇੰਗ ਕੁਐਸਚਨ ਇਨ 25 অর 30 ਈਚ ਕੁਐਸਚਨ ਹੈਜ਼ ਟੂ ਮਾਰਕਸ ਤੇ ਇਹਦਾ ਮਤਲਬ ਤੁਹਾਡਾ ਇਹਦੇ ਵਿੱਚ ਨਾ ਕੋਈ ਚੋਇਸ ਨਹੀਂ ਦਿੱਤੀ ਜਾਏਗੀ ਤੇ ਤੁਹਾਡਾ ਪਹਿਲਾ ਕੁਐਸਚਨ ਹੈ ਵਟ ਆਰ ਦਾ ਕੌਜ਼ਸ ਆਫ ਹਾਈ ਪਰਸੈਂਟ ਮਤਲਬ ਇਹਦਾ ਹੈਗਾ ਕਿ ਵਾਟ ਆਰ ਦਾ ਕਾਜ਼ਸ ਫੋਰ ਹਾਈ ਪ੍ਰਤੀ ਹੈਕਰ ਮਤਲਬ ਪਰ ਹੈਕਰ ਯੀਲਡ ਆਫ ਵੀਟ ਇਨ ਦਾ ਪੰਜਾਬ ਇਹਦੇ ਪੰਜਾਬ ਵਿੱਚ ਕਣਕ ਦੇ ਪ੍ਰਤੀ ਹੈਕਰ ਵੱਧ ਝਾੜ ਦਾ ਕੀ ਕਾਰਨ ਹੈ ਮਤਲਬ ਪ੍ਰਤੀ ਹੈਕਰ ਵੱਧ ਜਿਹੜੀ ਝਾੜ ਹੁੰਦੀ ਹੈ ਉਹਦਾ ਕੀ ਕਾਰਨ ਹੈ ਵਾਟ ਇਜ਼ ਦਾ ਰੋਲ ਆਫ ਇੰਡੀਅਨ ਗਵਰਨਮੈਂਟ ਇਨ ਦਾ ਮਾਈਨਿੰਗ ਇੰਡਸਟਰੀ ਤੇ ਕਹਿੰਦੇ ਮਾਈਨਿੰਗ ਇੰਡਸਟਰੀ ਜਿਹੜੀ ਹੈ ਉਹ ਉਦਯੋਗ ਹੈ ਉਹਦੇ ਵਿੱਚ ਭਾਰਤ ਸਰਕਾਰ ਦੀ ਕੀ ਭੂਮਿਕਾ ਹੈ ਅਗੇ ਹੈਗਾ ਡਿਫਰੈਂਸ ਬਿਟਵੀਨ ਦਾ ਕਾਟੇਜ ਇੰਡਸਟਰੀ ਐਂਡ ਸਮਾਲ ਸਕੇਲ ਇੰਡਸਟਰੀ ਕਹਿੰਦਾ ਕਿ ਕਾਟੇਜ ਇੰਡਸਟਰੀ ਵਿੱਚ ਤੇ ਸਮਾਲ ਸਕੇਲ ਛੋਟੇ ਉਦਯੋਗਾਂ ਵਿੱਚ ਕੀ ਅੰਤਰ ਹੈ ਅੱਗੇ ਹੈਗਾ ਆਫਟਰ ਦਾ ਟ੍ਰੀਟੀ ਆਫ ਜਿਹੜਾ ਹੈਗਾ ਆਪਣਾ ਪੈਰੋਵਾਲ ਆਫਟਰ ਦਾ ਟ੍ਰੀਟੀ ਆਫ ਪੈਰੋਵਾਲ ਹਾਊ ਡਿਜ਼ ਦਾ ਬ੍ਰਿਟਿਸ਼ ਟ੍ਰੀਟ ਕੁਵਿਨ ਜਿੰਦਾ ਤੇ ਕਹਿੰਦਾ ਕਿ ਜਦੋਂ ਪੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜੀ ਕੁਵਿਨ ਜਿੰਦਾ ਹੀ ਉਹਦੇ ਨਾਲ ਕਿਹੋ ਜਿਹਾ ਟ੍ਰੀਟ ਕੀਤਾ ਕਿਹੋ ਜਿਹਾ ਜਿਹੜਾ ਬਿਹੇਵੀਅਰ ਕੀਤਾ ਅੱਗੇ ਹੈਗਾ ਐਕਸਪਲੇਨ ਇਨ ਸ਼ੋਰਟ ਦਾ ਰਿਲੇਸ਼ਨ ਬਿਟਵੀਨ ਇੰਡੀਆ ਐਂਡ ਯੂਨਾਈਟਿਡ ਨੇਸ਼ਨ ਇਦੇ ਵਿੱਚ ਅਸੀਂ ਦੱਸਣਾ ਕਿ ਭਾਰਤ ਤੇ ਸੰਯੁਕਤ ਰਾਸ਼ਟਰ ਦੇ ਸਬੰਧਾਂ ਬਾਰੇ ਹੀ ਇੱਕ ਨੋਟ ਲਿਖਣਾ ਹੈ ਤੇ ਅੱਗੇ ਹਡਾ ਆ ਜਾਂਦਾ ਵਾ ਕੁਐਸਚਨ ਇਹਦਾ ਕਹਿੰਦੇ ਅਨਸਰ ਦਾ ਫੋਲੋਇੰਗ ਕੁਐਸਚਨ ਇਨ 80 ਔਰ 100 ਈਚ ਕੁਐਸਚਨ ਹੈਜ਼ 4 ਮਾਰਕਸ ਤੁਹਾਨੂੰ 6 ਕੁਐਸਚਨ ਦਿੱਤੇ ਜਾਣਗੇ ਤੇ ਇਹਦੇ ਵਿੱਚ ਤੁਸੀਂ 4 ਕਰਨੇ ਨੇ ਠੀਕ ਹੈ ਇਹਦਾ ਇਹ ਹੈਗਾ ਪਹਿਲਾ ਕੁਐਸਚਨ ਕਹਿੰਦੇ ਹਾਊ ਆਰ ਫੋਰ ਐਸ ਲੈਂਡ ਕਲਾਸੀਫਾਈਡ ਔਨ ਦਾ ਬੇਸਿਸ ਆਫ ਅਸੈਸਿਬਿਲਟੀ ਅਸੈਸਿਬਿਲਟੀ ਥੀਨ ਪਹੁੰਚ ਪਹੁੰਚ ਯੋਗਤਾ ਕਿੰਨਾ ਕੁ ਪਹੁੰਚ ਹੈਗੀ ਹੈ ਪਹੁੰਚ ਯੋਗਤਾ ਅਸੈਸਬਿਲਟੀ ਹੁੰਦੀ ਹੈ ਪਹੁੰਚ ਯੋਗਤਾ ਕਹਿੰਦੇ ਕਿ ਅਸੈਸਬਿਲਟੀ ਦੇ ਅਧਾਰ ਤੇ ਜੰਗਲੀ ਜ਼ਮੀਨਾਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ਨੈਕਸਟ ਹੈ ਡਿਸਕ੍ਰਾਈਬ ਦਾ ਇੰਪੋਰਟੈਂਸ ਆਫ ਐਗਰੀਕਲਚਰ ਇਨ ਇੰਡੀਅਨ ਇਕਨੋਮੀ ਕਹਿੰਦੇ ਕਿ ਭਾਰਤੀ ਅਰਥ ਵਿਵਸਥਾ ਵਿੱਚ ਖੇਤੀਬਾੜੀ ਦੀ ਮਹੱਤਤਾ ਦਾ ਜਿਹੜਾ ਇਹ ਵਰਣਨ ਕਰਨਾ ਹੈ ਰਾਈਟ ਅਬਾਊਟ ਦਾ ਕੰਟਰੀਬਿਊਸ਼ਨ ਆਫ ਗਵਰਨਮੈਂਟ ਇਨ ਦਾ ਪ੍ਰੋਡਕਟਿਵਿਟੀ ਆਫ ਇੰਡੀਅਨ ਐਗਰੀਕਲਚਰ ਤੇਦਾ ਕਹਿੰਦੇ ਭਾਰਤੀ ਖੇਤੀ ਦੀ ਉਤਪਾਦਕਤਾ ਵਿੱਚ ਜਿਹੜਾ ਸਰਕਾਰ ਦੀ ਮਤਲਬ ਕੀ ਯੋਗਦਾਨ ਦਿੱਤਾ ਉਹਨੂੰ ਹੀ ਲਿਖਣਾ ਹੈ ਨੈਕਸਟ ਹੈ ਕਹਿੰਦੇ ਰਾਈਟ ਆਹ ਸੋਰੀ ਡਿਸਕ੍ਰਾਈਬ ਡਿਸਕ੍ਰਾਈਬ ਦਾ ਟ੍ਰੈਜੇਡੀ ਦਾ ਓਕਰਸ ਬਿਟਵੀਨ ਦਾ ਨਾਮਧਾਰੀ ਐਂਡ ਬ੍ਰਿਟਿਸ਼ ਐਟ ਮਲੇਰ ਕੋਟਲਾ ਕਹਿੰਦੇ ਕਿ ਜਿਹੜੀ ਸੰਧੀ ਦਸਨੀ ਹੈ ਕਿ ਮਲੇਰ ਕੋਟਰਾ ਵਿਖੇ ਜਿਹੜੇ ਨਾਮਧਾਰੀਆਂ ਤੇ ਅੰਗਰੇਜ਼ਾਂ ਵਿਚਕਾਰ ਸੰਧੀ ਜਿਹੜੀ ਵਾਪਰੀ ਸੀ ਉਹਦਾ ਜਿਹੜੀ ਟ੍ਰੈਜੇਡੀ ਵਾਪਰੀ ਉਹਦਾ ਹੀ ਵਰਣਨ ਕਰਨਾ ਹੈ ਅੱਗੇ ਹੈਗਾ ਡਿਸਕ੍ਰਾਈਬ ਦਾ ਇਨਸੀਡੈਂਟ ਆਫ ਗੁਰੂ ਕਾ ਬਾਗ ਤੇ ਗੁਰੂ ਕਾ ਬਾਗ ਦਾ ਇਨਸੀਡੈਂਟ ਦੱਸਣਾ ਹੈ ਨੈਕਸਟ ਹੈਗਾ ਐਕਸਪਲੇਨ ਬਰੀਫਲੀ ਦਾ ਇਲੈਕਟਰਲ ਪ੍ਰੋਸੈਸ ਇਨ ਇੰਡੀਆ ਠੀਕ ਹੈ ਇਲੈਕਟਰਲ ਪ੍ਰਕਿਰਿਆ ਜਿਹੜੀ ਹੈ ਇੰਡੀਆ ਵਿੱਚ ਉਹਦਾ ਸੰਖੇਪ ਵਿੱਚ ਵਰਣਨ ਕਰਨਾ ਹੈ ਤੇ ਬੇਟਾ ਅੱਗੇ ਤੁਹਾਨੂੰ ਨਾ ਸੋਰਸ ਬੇਸ ਕੁਐਸਚਨ ਆਣਗੇ ਇੱਕ ਪੈਰਾ ਦਿੱਤਾ ਹੋਇਆ ਹੋਏਗਾ ਤੇ ਜਿਹਦੇ ਵਿੱਚ ਅਹੀ ਆ ਕੁਐਸਚਨ ਜਿਹੜੇ ਉਹ ਲੱਭਣੇ ਨੇ ਠੀਕ ਹੈ ਇਹਦੇ ਵਿੱਚ ਹੈ ਵੇਅਰ ਡਿਡ ਦਾ ਬ੍ਰਿਟਿਸ਼ ਐਸਲੇਬਲਸਟ ਇਹ ਮਿਲਟਰੀ ਫੋਰ ਪੋਸਟ ਕਹਿੰਦੇ ਨੇ ਕਿ ਜਿਹੜਾ ਮਿਲਟਰੀ ਪੋਸਟ ਹੈ ਅੰਗਰੇਜ਼ਾਂ ਨੇ ਮਿਲਟਰੀ ਪੋਸਟ ਜਿਹੜਾ ਕਿੱਥੇ ਸਥਾਪਿਤ ਕੀਤਾ ਠੀਕ ਹੈ ਅੱਗੇ ਹੈਗਾ ਅੰਡਰ ਹੂਜ਼ ਅੰਡਰ ਹੂਜ਼ ਲੀਡਰਸ਼ਿਪ ਮਹਾਰਾਜਾ ਜੀ ਸਿੰਘ ਗੈਦਰਿੰਗ ਇਹ ਹਿਊਜ਼ ਆਰਮੀ ਐਟ ਦਾ ਫੋਰਟ ਆਫ ਫਿਲੌਰ ਦੇਖੰਦਾ ਕਿ ਫਲੋਰ ਦੇ ਵਿੱਚ ਕਿਸ ਦੀ ਅਗਵਾਈ ਵਿੱਚ ਮਹਾਰਾਜ ਸਿੰਘ ਨੇ ਭਾਰੀ ਫੌਜ ਇਕੱਠੀ ਕੀਤੀ ਨੈਕਸਟ ਹੈ ਵਿਚ ਬ੍ਰਿਟਿਸ਼ ਅਫਸਰ ਅਟੈਂਡ ਦਾ ਮੈਰਿਜ ਆਫ ਖੜਕ ਸਿੰਘ ਔਨ ਸਨ ਆਫ ਦਾ ਮਹਾਰਾਜ ਸਿੰਘ ਤੇ ਕਹਿੰਦੇ ਕਿ ਕਿਹੜੇ ਜਿਹੜਾ ਅੰਗਰੇਜ਼ ਅਫਸਰ ਹੀ ਜਿਨਨੇ ਖੜਕ ਮਹਾਰਾਜ ਸਿੰਘ ਦੇ ਬੇਟੇ ਖੜਕ ਸਿੰਘ ਦੀ ਮੈਰਿਜ ਅਟੈਂਡ ਕੀਤੀ ਨਸਟਹਾ ਡਾ ਆ ਜਾਂਦਾ ਬੇਟਾ ਇਹ ਹੈਗਾ ਮੈਪ ਤੇ ਇਹਦੇ ਵਿੱਚ ਤੁਸੀਂ ਦੱਸਣਾ ਕਿ ਰਾਈਸ ਪ੍ਰੋਡਿਊਸਿੰਗ ਏਰੀਆ ਕਿਹੜਾ ਹੈ ਤੇ ਆਇਰਨ ਪ੍ਰੋਡਿਊਸਿੰਗ ਏਰੀਆ ਆਫ ਦਾ ਦਾ ਮਦਰ ਵੈਲੀ ਤੇ ਅੱਗੇ ਫੋਰ ਮੇਜਰ ਰਿਜ਼ਰਵ ਆਫ ਦਾ ਬਾਕਸਾਈਟ ਠੀਕ ਹੈ ਔਰ ਏਰੀਆ ਵਿਦ ਹਾਈ ਗ੍ਰੋਥ ਕ੍ਰੀਏਟ ਆਫ ਪਪੂਲੇਸ਼ਨ ਠੀਕ ਹੈ ਤੇ ਇਹਦੇ ਵਿੱਚ ਅੱਗੇ ਆ ਜਾਏਗਾ ਤੁਸੀਂ ਜਿਹੜੇ ਪਲੇਸਿਸ ਐਬ ਉਹਨਾਂ ਨੂੰ ਜਿਹੜਾ ਪੁਆਇੰਟ ਦੇਣਾ ਉਹ ਹੈ ਨਿਰਮੋਹ ਠੀਕ ਹੈ ਨੈਕਸਟ ਹੈ ਚਮਕੌਰ ਸਾਹਿਬ ਔਰ ਗੁਰੂਗ੍ਰਾਮ ਔਰ ਚੱਪੜਜੀੜੀ ਠੀਕ ਹੈ ਇਹ ਵਾਲੇ ਚੱਪੜਜੀੜੀ ਸਾਰਾ ਕਰਕੇ ਤੁਸੀਂ ਇਹ ਜਿਹੜਾ ਮੈਪ ਪੜਨਾ ਬੜੇ ਕੇਅਰਫੁਲੀ ਇਹ ਤੁਹੀਂ ਕਰਨਾ ਬੇਟਾ ਉਹਦੇ ਵਿੱਚ ਇਹ ਅੱਛੇ ਤਰ੍ਹਾਂ ਸਾਰੀਆਂ ਜਿੰਨੇ ਚਾਰ ਪਤਾ ਨੂੰ ਚੀਜ਼ਾਂ ਪੁੱਛਿਆ ਜਾਣ ਗਿਆ ਤੇ ਜੇ ਤੁਸੀਂ ਦੋਗੇ ਤਾਂ 6 ਨੰਬਰ ਦਾ ਹੋ ਜਾਏਗਾ ਠੀਕ ਹੈ ਇਸ ਤੋਂ ਬਾਅਦ ਅਸੀਂ ਸੈਕੰਡ ਆਪਣਾ ਜਿਹੜਾ ਪੇਪਰ ਹੈ ਉਹ ਅੱਗੇ ਪਿਛੇ ਹੋ ਗਿਆ ਹੈ ਸੈਕੰਡ ਹੈ ਤਾਂ ਉਹ ਥਰਡ ਹੀ ਤੇ ਉਹ ਵੀ ਡਿਸਕਸ ਕਰਾਂਗੇ ਠੀਕ ਹੈ ਤੇ ਸਾਡਾ ਜਿਹੜਾ ਸੈਕੰਡ ਨੰਬਰ ਤੇ ਹੈ ਇਹਦੇ ਵਿੱਚ ਫਿਰ ਉਹੀ ਕੁਐਸਚਨ ਰਿਪੀਟ ਹੋ ਗਿਆ ਵਿਚ ਏਰੀਆ ਹੈਜ਼ ਹੈਵ ਦਾ ਲਾਰਜੈਸਟ ਪੋਪੂਲੇਸ਼ਨ ਕਹਿੰਦੇ ਕਿਹੜਾ ਰਾਜ ਜਿਹੜਾ ਸਭ ਤੋਂ ਵੱਧ ਆਬਾਦੀ ਵਾਲਾ ਹੈ ਅੰਗੇ ਹੈਗਾ ਦਾ ਪੋਪੂਲੇਸ਼ਨ ਇਜ਼ ਵੈਰੀ ਡੈਂਸ ਇਨ ਦਾ ਮਾਊਂਟੇਨ ਮਾਊਂਟੇਨ ਐਂਡ ਡੇਜ਼ਰਟ ਏਰੀਆ ਆਫ ਦਾ ਕੰਟਰੀ ਕਹਿੰਦੇ ਕਿ ਦੇਸ਼ ਦੇ ਪਹਾੜੀ ਤੇ ਮਾਰੂਥਲ ਖੇਤਰਾ ਵਿੱਚ ਆਬਾਦੀ ਬਹੁਤ ਹੀ ਸੰਘਣੀ ਹੈ ਇਹ ਟਰੂ ਹੈ ਕਿ ਫਾਲਸ ਸਹੀ ਹੈ ਕਿ ਨਹੀਂ ਅੱਗੇ ਗਿਆ ਵੈਨ ਵਾਸ ਆਈ ਸੀ ਆਈ ਸੀ ਆਈ ਬੈਂਕ ਐਸਟੈਬਲਿਸ਼ਡ ਮਤਲਬ ਜਿਹੜਾ ਆਈ ਸੀ ਆਈ ਸੀ ਆਈ ਬੈਂਕ ਹੈ ਉਹ ਕਦੋਂ ਸਥਾਪਿਤ ਹੋਇਆ ਨੈਕਸਟ ਹੈ ਦਾ ਫਾਊਂਡਰ ਆਫ ਦਾ ਆਲੂ ਵਾਲੀਆ ਮਿਸਲ ਦੇ ਕਹਿੰਦੇ ਕਿ ਆਲੂ ਵਾਲੀਆ ਮਿਸਲ ਦਾ ਜਿਹੜਾ ਫਾਊਂਡਰ ਹੀ ਉਹ ਕੌਣ ਹੈ ਤੇਹਾੜਾ ਹੈਗਾ ਕਰੋੜਾ ਸਿੰਘ ਹੋਰ ਰਣਜੀਤ ਸਿੰਘ ਔਰ ਉਸ ਤੋਂ ਬਾਅਦ ਜੱਸਾ ਸਿੰਘ ਔਰ ਮਹਾ ਸਿੰਘ ਮਤਲਬ ਇੰਨਾ ਵੀ ਚ ਕਿਹੜਾ ਹੈਗਾ ਅੱਗੇ ਗਿਆ ਵੀਅਰ ਕੈਨ ਮਨੀ ਬਿਲ ਬੀ ਇੰਟਰੋਡਿਊਸ ਓਨਲੀ ਕਹਿੰਦਾ ਕਿ ਮਨੀ ਬਿਲ ਸਿਰਫ ਕਿੱਥੇ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਮਤਲਬ ਕਿੱਥੇ ਪੇਸ਼ ਕੀਤਾ ਜਾ ਸਕਦਾ ਹੈ ਨੈਕਸਟ ਹੈ ਤੁਹਾਡਾ ਬੀ ਨੰਬਰ ਤੇ ਆ ਜਾਂਦਾ ਹੈ ਇਹਦੇ ਵਿੱਚ ਅਨਸਰ ਦਾ ਫੋਲੋਇੰਗ ਕੁਐਸਚਨ ਇਨ 25 অর 30 ਈਚ ਕੁਐਸਚਨ ਹੈਜ਼ ਟੂ ਮਾਰਕਸ ਇਹਦੇ ਵਿੱਚ ਤੁਹਾਨੂੰ ਕੋਈ অপਸ਼ਨ ਨਹੀਂ ਦਿੱਤੀ ਜਾਏਗੀ ਤੇ ਤੁਹਾਡਾ ਪਹਿਲਾ ਕੁਐਸਚਨ ਹੈ ਵਾਈ ਸਮ ਪੀਪਲ ਕਾਲ ਗ੍ਰੀਨ ਰੈਵਿਊਲੂਸ਼ਨ ਐਜ਼ ਵੀਟ ਰੈਵਿਊਲੂਸ਼ਨ ਕਹਿੰਦੇ ਕਿ ਕੁਝ ਲੋਕ ਜਿਹੜੇ ਨੇ ਗ੍ਰੀਨ ਰੈਵਿਊਲੂਸ਼ਨ ਨੂੰ ਵੀਟ ਰੈਵਿਊਲੂਸ਼ਨ ਮਤਲਬ ਕਨਕ ਦਾ ਕੀ ਕਹਿੰਦੇ ਨੇ ਕਨਕ ਦੀ ਕ੍ਰਾਂਤੀ ਕਿਉਂ ਕਹਿੰਦੇ ਨੇ ਨੈਕਸਟ ਹੈ ਕਹਿੰਦੇ ਡਿਸਕ੍ਰਾਈਬ ਦਾ ਰੋਲ ਆਫ ਮਿਨਰਲ ਇਨ ਦਾ ਨੈਸ਼ਨਲ ਇਕਨੋਮੀ ਕਹਿੰਦਾ ਕਿ ਰਾਸ਼ਟਰੀ ਅਰਥ ਵਿਵਸਥਾ ਆਰਥਿਕਤਾ ਵਿੱਚ ਖਣਿਜਾਂ ਦੀ ਭੂਮਿਕਾ ਦਾ ਵਰਣਨ ਕਰੋ ਨੈਕਸਟ ਹੈ ਡਿਸਕ੍ਰਾਈਬ ਅ ਡਿਫਰੈਂਟ ਬਟਵੀਨ ਦਾ ਕਾਟੇਜ ਇੰਡਸਟਰੀ ਐਂਡ ਸਮਾਲ ਸਕੇਲ ਇੰਡਸਟਰੀ ਬੇਟਾ ਇਹ ਦੁਜੀ ਵਾਰ ਰਿਪੀਟ ਹੋ ਗਿਆ ਤੇ ਇਹ ਤੁਸੀਂ ਅੱਛੀ ਤਰ੍ਹਾਂ ਕਰ ਲੈਣਾ ਕਾਟਨ ਇੰਡਸਟਰੀ ਵਿੱਚ ਤੇ ਸਮਾਲ ਛੋਟੇ ਉਦਯੋਗ ਵਿੱਚ ਕੀ ਡਿਫਰੈਂਸ ਹੈ ਰਾਈਟ ਅਬਾਊਟ ਦਾ ਕਾਉਰੋ ਇਹ ਹੁਣੇ ਕਾਹਰੌਰ ਤੇ ਜਿਹੜੀ ਹੈ ਉਹਦੇ ਤੇ ਵੀ ਅਹੀਂ ਇੱਕ ਨੋਟ ਲਿਖਣਾ ਹੈ ਅਗੇ ਅਗੇ ਡਿਸਕ੍ਰਾਈਬ ਦਾ ਮੇਨ ਰੀਜਨ ਵਿਚ ਕ੍ਰੀਏਟ ਅ ਟੈਂਸ਼ਨ ਐਂਡ ਹੌਸਟਿਟੀ ਬਟਵੀਨ ਇੰਡੀਆ ਐਂਡ ਪਾਕਿਸਤਾਨ ਕਹਿੰਦਾ ਕਿ ਉਹਨਾਂ ਮੇਨ ਕਾਰਨਾਂ ਦਾ ਪਤਾ ਕਰਨਾ ਕਿ ਜਿਹੜੀ ਇੰਡੀਆ ਤੇ ਪਾਕਿਸਤਾਨ ਵਿੱਚ ਟੈਂਸ਼ਨ ਦੇ ਕਰਕੇ ਹੁੰਦਾ ਇੰਡੀਆ ਤੇ ਦੁਸ਼ਮਣੀ ਪੈਦਾ ਹੁੰਦੀ ਹੈ ਠੀਕ ਹੈ ਟੈਂਸ਼ਨ ਵੀ ਹੈ ਤੇ ਉਹਦੇ ਕਰਕੇ ਦੁਸ਼ਮਣੀ ਪੈਦਾ ਵੀ ਹੁੰਦੀ ਹੈ ਨੈਕਸਟ ਹਟ ਆ ਜਾਂਦਾ ਹੈ ਕਹਿੰਦੇ ਨੇ ਇਦੇ ਵਿੱਚ ਕਰਨਾ ਹੋਏਗਾ ਤੁਹੀਂ ਅਨਸਰ ਦਾ ਫੋਲੋਇੰਗ ਕੁਐਸਚਨ ਇਨ 80 অর 100 ਈਚ ਕੁਐਸਚਨ ਹੈਜ਼ 4 ਮਾਰਕਸ ਕਹਿੰਦੇ ਕਿ ਹਾਊ ਡਸ ਨੈਚੁਰਲ ਵੇਜੀਟੇਸ਼ਨ ਐਕਟ ਐਜ਼ ਅ ਬਰਨ ਫੋਰ ਇੰਡਸਟਰੀ ਕਹਿੰਦੇ ਕਿ ਉਦਯੋਗਾਂ ਲਈ ਜਿਹੜੀ ਕੁਦਰਤੀ ਬਨਸਪਤੀ ਹੈ ਕਿਵੇਂ ਕੰਮ ਕਰਦੀ ਹੈ ਠੀਕ ਹੈ ਐਕਟ ਕਿਵੇਂ ਕਰਦੀ ਹੈ ਕਿਵੇਂ ਕੰਮ ਕਰਦੀ ਹੈ ਅੱਗੇ ਹਟਾ ਜਾਂਦਾ ਕੁਐਸਚਨ ਕਹਿੰਦੇ ਹਾਊ ਹੈਜ਼ ਗਰੀਨ ਰੈਵਿਊਲੂਸ਼ਨ ਹੈਲਪ ਇਨ ਦਾ ਸੋਲਵਿੰਗ ਸੋਲਵਿੰਗ ਦਾ ਇੰਡੀਅਨ ਫੂਡ ਪ੍ਰੋਬਲਮ ਜਿਹੜੀ ਹਰੀ ਕ੍ਰਾਂਤੀ ਨੇ ਭਾਰਤੀ ਭੋਜਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਿਵੇਂ ਮਦਦ ਕੀਤੀ ਠੀਕ ਹੈ ਨੈਕਸਟ ਹੈ ਰਾਈਟ ਵਾਟ ਵਾਰ ਦਾ ਕੌਜ਼ਸ ਆਫ ਜਲਿਆਂਵਾਲਾ ਬਾਗ ਇਨਸੀਡੈਂਟ ਕਹਿੰਦੇ ਕਿ ਜਲਿਆਂਵਾਲਾ ਬਾਗ ਦਾ ਇਨਸੀਡੈਂਟ ਕਿੰਨਾ ਕਾਰਨ ਕਰਕੇ ਹੋਇਆ ਅਗੇ ਰਾਈਟ ਔਨ ਦਾ ਨੋਟ ਔਨ ਖিলাਫਤ ਮੂਵਮੈਂਟ ਇਸ ਦੇ ਇਲਾਵਾ ਤੁਮੂਮੈਂਟ ਦੇ ਇੱਕ ਨੋਟ ਲਿਖਣਾ ਹੈ ਡਿਸਕ੍ਰਾਈਬ ਦਾ ਆਬਜੈਕਟ ਆਫ ਸ਼ਰਮਣੀ ਅਕਾਲੀ ਦਲ ਤੇ ਇਦਾਂ ਦੇ ਆਬਜੈਕਟ ਲਿਖਨੇ ਕਿਦੀ ਲਿਖਨੇ ਨੇ ਸ਼ਰਮਣੀ ਅਕਾਲੀ ਦਲ ਤੇ ਡਿਸਕ੍ਰਾਈਬ ਦਾ ਐਸੈਂਸ਼ੀਅਲ ਕੰਡੀਸ਼ਨ ਫੋਰ ਦਾ ਸਕਸੈਸ ਆਫ ਇੰਡੀਅਨ ਡੈਮੋਕ੍ਰੇਸੀ ਤੇ ਇੰਡੀਅਨ ਡੈਮੋਕ੍ਰੇਸੀ ਦੇ ਕਾਮਯਾਬ ਹੋਣ ਤੇ ਮਤਲਬ ਜਿਹੜੇ ਇੰਪੋਰਟੈਂਟ ਹੈਗੇ ਆ ਉਹ ਰੀਜ਼ਨ ਦੱਸਨੇ ਨੇ ਕੀ ਹੈਗੇ ਕੰਡੀਸ਼ਨਾਂ ਠੀਕ ਹੈ ਕਿ ਇੰਡੀਅਨ ਜਿਹੜੀ ਡੈਮੋਕ੍ਰੇਸੀ ਕਾਫੀ ਕਾਮਯਾਬ ਹੈ ਠੀਕ ਹੈ ਅੱਗੇ ਆ ਜਾਂਦਾ ਸਾਡਾ ਪੈਰਾ ਤੇ ਜਿਹਦੇ ਵਿੱਚ ਤੁਸੀਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪੜ ਕੇ ਜਿਹੜਾ ਕਿ 3 ਨੰਬਰਾਂ ਦਾ ਹੋਏਗਾ ਚੰਗੀ ਤਰ੍ਹਾਂ ਪੜ ਕੇ ਤੇ ਤੁਸੀਂ ਕੁਐਸਚਨ ਆਨਸਰ ਜਿਹੜੇ ਨੇ ਇਹ ਦੇਣੇ ਨੇ ਅਨਸਰ ਠੀਕ ਹੈ ਜਿਸਾਂ ਕਿ ਦਾ ਰੈਜ਼ੀਡੈਂਟ ਆਫ ਲਾਹੌਰ ਵਰ ਫੈਡ ਅਪ ਵਿਦ ਦਾ ਬੈਡ ਗਵਰਨਮੈਂਟ ਆਫ ਬੋਮ ਕਹਿੰਦੇ ਕਿ ਲਾਹੌਰ ਦੇ ਵਾਸੀ ਕਿਸ ਦੇ ਮਾੜੇ ਜਿਹੜਾ ਸਾਸਨ ਤੋਂ ਆਕ ਚੁੱਕੇ ਹੀ ਨੈਕਸਟ ਹੈ ਵੈਨ ਡਿਡ ਦਾ ਲਾਹੌਰ ਰੈਜ਼ੀਡੈਂਸ ਕਾਲ ਟੂ ਕੈਪਚਰ ਲਾਹੌਰ ਕਹਿੰਦੇ ਕਿ ਜਿਹੜੇ ਲਾਹੌਰ ਵਾਸੀਆਂ ਨੇ ਲਾਹੌਰ ਤੇ ਕਬਜ਼ਾ ਕਰਨ ਲਈ ਕਦੋਂ ਬੁਲਾਇਆ ਠੀਕ ਹੈ ਅੱਗੇ ਗਿਆ ਵਿਚ ਟੂ ਸਰਦਾਰ ਫੈਲਡ ਦਾ ਸਿਟੀ ਵੈਨ ਰਣਜੀਤ ਸਿੰਘ ਫੋਰਸ ਫੀਸਟ ਲਾਹੌਰ ਕਹਿੰਦੇ ਕਿ ਜਿਹੜਾ ਹੈ ਜਿਹੜਾ ਜਦੋਂ ਕਦੋਂ ਮਤਲਬ ਰਣਜੀਤ ਸਿੰਘ ਨੇ ਫੌਜਾਂ ਨੂੰ ਲਾਹੌਰ ਪਹੁੰਚਾਇਆ ਤਾਂ ਕਿਹੜੇ ਸਰਦਾਰ ਜਿਹੜੇ ਸ਼ਹਿਰ ਛੱਡ ਕੇ ਭੱਜ ਗਏ ਠੀਕ ਹੈ ਕਿਹੜੇ ਜਿਹੜੇ ਸਰਦਾਰ ਹੀ ਉਹ ਸਹਿਰ ਛੱਡ ਕੇ ਭੱਜ ਗਏ ਅੱਗੇ E ਨੰਬਰ ਤੇ ਹਟ ਆ ਜਾਂਦਾ ਹੈ ਮੈਪ ਜਿਹਦੇ ਵਿੱਚ ਤੁਸੀਂ 슈ਗਰ ਕੈਨ ਦੀ ਲਿਖਣਾ ਕਿ ਕਿਹੜੇ ਏਰੀਆ ਵਿੱਚ ਹੁੰਦੀ ਹੈ ਫਿਰ 골ਡ ਪ੍ਰੋਡਿਊਸਿੰਗ ਏਰੀਆ ਲਿਖਣਾ ਕੋਲਰ ਤੇ ਅੱਗੇ ਤੁਸੀਂ ਜਿਹੜਾ ਇਹ ਵੀ ਲਿਖ ਲੈਣ ਜਿੰਨੇ ਵੀ ਤੁਹਾਨੂੰ ਪੁਆਇੰਟ ਦਿੱਤੇ ਨੇ ਸਾਰਾ ਲਿਖ ਦੇ ਲਿਖ ਕੇ ਤੇ ਉਸ ਤੋਂ ਬਾਅਦ ਤੁਸੀਂ ਪਲੇਸਿਸ ਵੀ ਦੱਸਨੀ ਆਵੇਂ ਪਹਿਲਾਂ ਤੁਸੀਂ ਇਹ ਦੇਖਣਾ ਕਿ ਆ ਚੀਜ਼ਾਂ ਕਿਹਦੇ ਵਿੱਚ ਜਿਆਦਾ ਹੁੰਦੀਆਂ ਵਾ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹਨਾਂ ਦੀ ਪਲੇਸ ਵੀ ਦੱਸਣੀ ਆ ਉਹਨਾਂ ਨੂੰ ਅੱਛੇ ਤਰ੍ਹਾਂ ਮਾਰਕ ਕਰਨਾ ਜਿਸ ਤਾ ਕਿ ਬਸੌਲੀ ਹੈ ਔਰ ਕਪੂਰੀ ਹੈ ਔਰ ਸਬਰਾਉਮ ਹੈ ਔਰ ਚਿੜਿਆ ਵਾਲਾ ਠੀਕ ਹੈ ਇਸ ਤਰ੍ਹਾਂ ਬੇਟਾ ਸਾਡੇ ਜਿਹੜੇ ਚਾਰ ਹੀ ਜਿਹੜੇ ਮਾਡਲ ਟੈਸਟ ਪੇਪਰ ਹੈ ਜਾਂ ਸੈਂਪਲ ਟੈਸਟ ਪੇਪਰ ਹੈ ਉਹ ਅਸੀਂ ਕਵਰ ਕਰ ਲਏ ਨੇ ਤੇ ਇਸ ਤੋਂ ਬਾਅਦ ਜੇ ਮੈਂ ਟਰਾਈ ਕਰਦੀ ਪਈ ਆ ਕਿ ਆਨਲਾਈਨ ਸੋਰਸ ਤੋਂਾਨੂੰ ਜਿਹੜਾ ਚਾਂਤੀਗੈਸ ਪੇਪਰ ਮਿਲ ਜਾ ਜਿੱਦੋਂ ਵੀ ਉੱਥੇ ਅਪਲੋਡ ਹੋ ਗਿਆ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਪਹਛਾਨ ਦੀ ਕੋਸ਼ਿਸ਼ ਕਰਾਂਗੀ ਤੇ ਬੇਟਾ ਤੂੰ ਇਹਨਾਂ ਨੂੰ ਵੀ ਅਚੀ ਤਰ੍ਹਾਂ ਲਰਨ ਕਰਨਾ ਤਾਂ ਜੋ ਤੁਹਾਡੀ ਬਰਡਨ ਫਿਰ ਘਟ ਹੋ ਜੇ ਤੇ ਬੇਟਾ ਜਰੂਰ ਮੈਂ ਜਦੋਂ ਵੀ ਮੈਨੂੰ ਮਿਲ ਜਾਂਦਾ ਮੈਂ ਉਸੇ ਵਲੇ ਜਿਹੜਾ ਤੁਹਾਨੂੰ ਅਪਲੋਡ ਕਰ ਦਿੰਦੀ ਆ ਤੇ ਕੁਝ ਬੱਚੇ ਕਹਿੰਦੇ ਕਿ ਮੈਡਮ ਰੀਅਲ ਪੇਪਰ ਵੇਜੋ ਬੇਟਾ ਮੈਂ ਤੁਹਾਨੂੰ ਅੱਗੇ ਵੀ ਬਾਰ ਬਾਰ ਕਿਹਾ ਕਿ ਬੇਟਾ ਰੀਅਲ ਪੇਪਰ ਕੋਸ਼ ਨਹੀਂ ਹੁੰਦਾ ਇਹ ਸਿਰਫ ਗੈਸ ਪੇਪਰ ਹੈ ਜਿਹੜਾ ਕਿ ਹਨੂ ਦੱਸਦਾ ਕਿ ਇਹਨਾਂ ਵਿੱਚ ਆ ਸਕਦਾ ਹੈ ਠੀਕ ਹੈ ਤੇ 100% ਇਹਨਾਂ ਵਿੱਚੋਂ ਆਂਦਾ ਵੀ ਹੈ ਠੀਕ ਹੈ ਤੇ ਜਿਹੜਾ ਰੀਅਲ ਪੇਪਰ ਉਹ ਸਿਰਫ ਬੋਰਡ ਵੱਲੋਂ ਹੀ ਆਂਦਾ ਹੈ ਠੀਕ ਹੈ ਬੇਟਾ ਤੇ ਬੋਰਡ ਵਾਲਿਆਂ ਨੇ ਇਹਨਾਂ ਵਿੱਚ ਹੀ ਪ ਤੇ ਇਸ ਕਰਕੇ ਤੁਸੀਂ ਇੰਨਾ ਗੱਲਾਂ ਵਾਲਾ ਧਿਆਨ ਨਹੀਂ ਦੇਤੇ ਨਾ ਤੇ ਸਿਰਫ ਆਪਣਾ ਪੜਨਾ ਹੈ ਤੇ ਜਲਦੀ ਜਲਦੀ ਪੜਨਾ ਸ਼ੁਰੂ ਕਰ ਦਿਓ ਕਿਉਂਕਿ ਇੱਕ ਦਿਨ ਹੀ ਵਿੱਚ ਹੈਗਾ ਤੇ ਨੈਕਸਟ ਵੀਡੀਓ 'ਚ ਮਿਲਦੇ ਹਾਂ ਟੇਕ ਕੇਅਰ